ਵੈਲਕਮ ਹੈ ਜੀ ਸੈਕਦੇ ਸੀ YouTube ਚੈਨਲ ਤੇ, ਜਿੱਥੇ ਲੈ ਕੇ ਆਨੀ ਆ ਹਰ ਵਾਰ ਕੁਛ ਨਾ ਕੁਛ ਨਵਾਂ ਜੋ ਤੁਹਾਡੀ ਹੈਲਥ ਲਈ ਹੁੰਦਾ ਹੈ ਬਹੁਤ ਬੈਨੀਫੀਸ਼ੀਅਲ। ਸੋ ਮੈਂ ਅੱਜ ਵੀ ਲੈ ਕੇ ਆਈ ਆ ਕੁਛ ਛੋਟੀਆਂ ਛੋਟੀਆਂ ਗੱਲਾਂ, ਦਾਦੀ ਮਾਂ ਦੇ ਨੁਸਖੇ ਨਹੀਂ ਕਹਿ ਸਕਦੀ ਪਰ ਕੁਛ ਗੱਲਾਂ ਨੇ ਜੋ ਇੰਪੋਰਟੈਂਟ ਨੇ ਹੈਲਥ ਨੂੰ ਲੈ ਕੇ। ਸੋ ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਜੋ ਹੈਲਥ ਨੂੰ ਉਹ ਹੋਰ ਅੱਛਾ ਕਰ ਸਕਦੇ ਹੋ। ਸੋ ਪਹਿਲਾਂ ਕਰ ਲਓ ਸੈਕ ਦੇਸੀ ਨੂੰ ਸਬਸਕ੍ਰਾਈਬ, ਤੇ ਨਾਲ ਹੀ ਇਹ ਰਾਈਟ ਹੈਂਡ ਤੇ ਬਣਿਆ ਹੋਇਆ ਬੈਲ ਆਈਕਨ, ਉਸਨੂੰ ਵੀ ਕਲਿੱਕ ਕਰ ਦਿਓ। ਤੁਹਾਨੂੰ ਜੋ ਨੋਟੀਫਿਕੇਸ਼ਨ ਹੈ ਆਟੋਮੈਟਿਕਲੀ ਪਹੁੰਚਦੇ ਰਹਿਣਗੇ ਤੁਹਾਡੇ ਤੱਕ। ਸੋ ਫਸਟ ਪੁਆਇੰਟ ਹੈ ਜੀ, ਉਹ ਹੈ ਅਗਰ ਵੇਟ ਲੂਜ਼ ਕਰਨਾ ਚਾਹੁੰਦੇ ਹੋ ਤਾਂ ਜੋ ਆਪਣੀ ਡਾਇਟ ਵਿੱਚ ਹੈ ਉਹ ਆਪਣੇ ਸੈਲਡ ਨੂੰ ਇੰਕਲੂਡ ਕਰ ਲਓ। ਸੈਲਡ ਭਾਵੇਂ ਵੈਜੀਟੇਬਲ ਦਾ ਹੋਵੇ ਭਾਵੇਂ ਫਰੂਟ ਸੈਲਡ ਹੋਵੇ, ਉਹ ਤੁਸੀਂ ਲਓ ਤੁਹਾਨੂੰ ਬੈਨੀਫਿਟ ਕਰੇਗਾ। ਆਮ ਤੌਰ ਤੇ ਆਪਾਂ ਅਗਰ ਵੇਟ ਲੂਜ਼ ਕਰਨਾ ਹੁੰਦਾ ਹੈ ਤਾਂ ਆਪਾਂ ਜੋ ਆਪਣੇ ਫੂਡ ਦੀ ਆਪਣੀ ਜੋ ਡਾਇਟ ਹੈ ਉਸੀ ਕੁਆਂਟਿਟੀ ਨੂੰ ਘਟਾ ਦਿੰਦੇ ਹਾਂ। ਸੋ ਕਰਨਾ ਇਹ ਬਿਲਕੁਲ ਇੱਥੇ ਗਲਤ ਹੈ। ਤੇ ਇਸੇ ਉਲਟਾ ਅਗਰ ਸੈਲਡ ਦੀ ਗੱਲ ਕੀਤੀ ਜਾਵੇ ਤਾਂ ਸੈਲਡ ਜਿੰਨਾ ਖਾਓ ਉਨਾ ਚੰਗਾ ਹੁੰਦਾ ਹੈ, ਕਿਉਂਕਿ ਇਸ ਵਿੱਚ ਫਾਈਬਰ ਹੁੰਦੇ ਹੈ, ਮਿਨਰਲਸ ਹੁੰਦੇ ਹੈ, ਵਿਟਾਮਿਨਸ ਕਈ ਹੁੰਦੇ ਨੇ। ਸੋ ਹੈਲਥ ਨੂੰ ਤੁਹਾਡੇ ਬੈਨੀਫਿਟ ਦਿੰਦਾ ਹੈ। ਅਗਰ ਡਾਇਜੈਸਟਿਵ ਸਿਸਟਮ ਤੁਹਾਡਾ ਸਲੋ ਹੈ ਜਾਂ ਫਿਰ ਤੁਹਾਡਾ ਸਹੀ ਨਹੀਂ ਹੈ ਕੰਮ ਕਰ ਰਿਹਾ ਤਾਂ ਕਰਨਾ ਤੁਸੀਂ ਇਹਨਾਂ ਕੀ ਹੈ ਕਿ ਅਨਾਰ ਦਾ ਜੂਸ ਜੋ ਹੁੰਦਾ ਹੈ, 1 ਗਲਾਸ ਅਨਾਰ ਦਾ ਜੂਸ ਲੈ ਕੇ ਉਸ ਵਿੱਚ ਅੱਧਾ ਚਮਚ ਜੋ ਹੈ ਜੀਰਾ ਪਾਊਡਰ ਉਹ ਮਿਲਾ ਕੇ ਤੁਸੀਂ ਪੀਣਾ ਹੈ। ਕੁਛ ਦਿਨ ਕਰੋਗੇ ਇਹ ਕੰਮ ਤਾਂ ਤੁਹਾਨੂੰ ਆਰਾਮ ਮਿਲੇਗਾ। ਖਜੂਰਾਂ ਜੋ ਆਮ ਤੌਰ ਤੇ ਬਹੁਤ ਮਿੱਠੀਆਂ ਹੁੰਦੀਆਂ ਨੇ, ਤੋ ਇਹ ਜੋ ਖਜੂਰਾਂ ਨੇ ਉਹ ਆਪਣੇ ਜੋ ਹੈਲਥ ਲਈ ਹੈ ਬੈਨੀਫਿਸ਼ੀਅਲ ਹੈ। ਸਰਦੀਆਂ ਵਿੱਚ ਆਮ ਤੌਰ ਤੇ ਇਹਨੂੰ ਖਾਣਾ ਚਾਹੀਦਾ ਹੈ। ਸੋ ਜੋ ਡਾਇਬਿਟਿਕ ਪੇਸ਼ੈਂਟਸ ਨੇ ਉਹਨਾਂ ਨੂੰ ਵੀ ਖਾਣਾ ਚਾਹੀਦਾ ਹੈ, ਕਿਉਂਕਿ ਉਹਨਾਂ ਲਈ ਵੀ ਇਹ ਨੁਕਸਾਨਦਾਇਕ ਨਹੀਂ ਹੈ, ਕਿਉਂਕਿ ਨੈਚੁਰਲ ਮਿੱਠਾ ਹੁੰਦਾ ਹੈ ਤਾਂ ਉਹ ਇਹ ਖਾ ਸਕਦੇ ਹੈ। ਰੂਟੀਨ ਵਿੱਚ ਵੀ ਖਾਣਾ ਹੋਵੇ ਅਗਰ ਤਾਂ ਡੇਲੀ ਤੁਸੀਂ 2 ਤੋਂ 3 ਖਜੂਰਾਂ ਖਾ ਸਕਦੇ ਹੋ। ਪਿਆਜ ਹੋ ਗਿਆ ਅੱਜ ਕੱਲ੍ਹ ਮਹਿੰਗਾ ਤੇ ਆਪਾਂ ਸਬਜ਼ੀ ਵਿੱਚ ਵੀ ਪਾਉਣ ਵੇਲੇ ਬਹੁਤ ਸੋਚਦੇ ਹਾਂ। ਸੋ ਮੈਂ ਇੱਕ ਤੁਹਾਨੂੰ ਟਿਪ ਦਿੰਦੀ ਹਾਂ ਜਿਸ ਨਾਲ ਤੁਸੀਂ ਪਿਆਜ ਜੋ ਹੈ ਕੱਟ ਕੇ ਸਬਜ਼ੀ ਵਿੱਚ ਤਾਂ ਪਾਓਗੇ ਪਾਓਗੇ, ਉਸਦੇ ਛਿਲਕੇ ਨੂੰ ਵੀ ਤੁਸੀਂ ਕੰਮ ਵਿੱਚ ਲਿਆ ਸਕਦੇ ਹੋ। ਸੋ ਕਰਨਾ ਹੈ ਕਿ ਅਗਰ ਤੁਸੀਂ ਪਿਆਜ ਦੇ ਛਿਲਕੇ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਤੇ ਸਵੇਰੇ ਖਾਲੀ ਪੇਟ ਉਸਨੂੰ ਪੀਓਗੇ ਤਾਂ ਜੋ ਤੁਹਾਡੇ ਪੇਟ ਦੀ ਚਰਬੀ ਹੈ, ਫੈਟ ਹੈ, ਬੋਡੀ ਫੈਟ ਹੈ, ਉਹ ਵੀ ਜਾਏਗੀ ਘਟੇਗੀ, ਤੇ ਨਾਲ ਜੋ ਕੋਲੇਸਟ੍ਰੋਲ ਹੁੰਦੇ ਨੇ ਉਹ ਵੀ ਬੋਡੀ ਵਿੱਚ ਤੁਹਾਡੇ ਜੋ ਹੈ ਉਹ ਵੀ ਪ੍ਰੋਬਲਮ ਖਤਮ ਹੋਏਗੀ। ਪੀਨਟ ਹੈ ਉਹ ਦੇਖਣ ਵਿੱਚ ਜਾਂ ਖਾਣ ਵਿੱਚ ਥੋੜ੍ਹੀ ਹਾਰਡ ਹੁੰਦੀ ਹੈ ਪਰ ਆਪਣੇ ਨਾਜ਼ੁਕ ਤੇ ਦਿਲ ਨੂੰ ਜੋ ਹੈ ਬਹੁਤ ਜ਼ਿਆਦਾ ਜੋ ਬੈਨੀਫਿਟ ਕਰਦੀ ਹੈ, ਬਹੁਤ ਜ਼ਿਆਦਾ ਆਪਣੀ ਦਿਲ ਦੀ ਜੋ ਕੇਅਰ ਕਰਦੀ ਹੈ। ਤੋ ਜੋ ਰੂਟੀਨ ਵਿੱਚ ਮੋਸਟਲੀ ਖਾਂਦੇ ਨੇ ਪੀਨਟ ਖਾਂਦੇ ਨੇ ਉਹਨਾਂ ਦਾ ਦਿਲ ਰਹਿੰਦਾ ਹੈ ਸਲਾਮਤ, ਜੋ ਹੈਲਦੀ ਹੈ ਦਿਲ ਦੇ ਲਈ। ਸੋ ਨਾਲ ਦੀ ਨਾਲ ਇਸ ਵਿੱਚ ਹੁੰਦਾ ਹੈ ਓਮੇਗਾ 3 ਫੈਟੀ ਐਸਿਡ ਜੋ ਹੈ ਸਕਿਨ ਦੇ ਲਈ ਬਹੁਤ ਬੈਨੀਫਿਟ, ਕਿਉਂਕਿ ਇਹ ਹੈ ਜੋ ਓਮੇਗਾ 3 ਫੈਟੀ ਐਸਿਡ ਇਹ ਆਪਣੀ ਸਕਿਨ ਵਿੱਚ ਗਲੋ ਲੈ ਕੇ ਆਉਂਦੇ ਹਨ। ਸੋ ਰੂਟੀਨ ਵਿੱਚ ਆਪਾਂ ਜੋ ਮੂੰਗਫਲੀ ਹੈ ਉਸਨੂੰ ਆਪਾਂ ਖਾਵਾਂਗੇ ਤਾਂ ਆਪਣੇ ਜੋ ਦਿਲ ਦੇ ਲਈ ਤੇ ਆਪਣੇ ਸਕਿਨ ਦੇ ਲਈ ਬਹੁਤ ਬੈਨੀਫਿਸ਼ੀਅਲ ਹੈ। ਥ੍ਰਾਈਟੋਪੈਨ ਨਾਮ ਦਾ ਕੈਮੀਕਲ ਜੋ ਹੁੰਦਾ ਹੈ ਬਨਾਨਾ ਵਿੱਚ ਤੇ ਇਸ ਨੂੰ ਖਾਣ ਨਾਲ ਹੁੰਦਾ ਹੈ ਆਪਣਾ ਡਿਪਰੈਸ਼ਨ ਖਤਮ। ਸੋ ਬਨਾਨਾ ਖਾਂਦੇ ਰਹੋ ਜੇ ਤੁਹਾਨੂੰ ਡਿਪਰੈਸ਼ਨ ਹੁੰਦਾ ਹੈ ਜ਼ਿਆਦਾ ਜਾਂ ਟੈਨਸ਼ਨ ਲੈਂਦੇ ਹੋ, ਕਿਉਂਕਿ ਇਸ ਨਾਲ ਜੋ ਹੈ ਆਪਣਾ ਮੂਡ ਰਿਫਰੈਸ਼ ਹੁੰਦਾ ਹੈ। ਸੋ ਆਪਣੇ ਅਗਰ ਤੁਸੀਂ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦੇ ਜਾਂ ਫਿਰ ਟੈਨਸ਼ਨ ਨੂੰ ਲੈਣਾ ਛੱਡ ਨਹੀਂ ਸਕਦੇ ਤਾਂ ਘਰ ਵਿੱਚ ਆਪਣੇ ਇਹ ਜੋ ਬਨਾਨਾ ਲੈ ਕੇ ਰੱਖੋ। ਬੇਸਨ ਜੋ ਹੈ ਉਹ ਨੈਚੁਰਲ ਵਿੱਚ ਵੀ ਆਪਣਾ ਇੱਕ ਫੇਸ ਪੈਕ ਦੇ ਤੌਰ ਤੇ ਵੀ ਯੂਜ ਕਰਦੇ ਹਾਂ। ਸੋ ਬੇਸਨ ਦੇ ਵਿੱਚ ਅਗਰ ਆਪਾਂ ਕੱਚਾ ਦੁੱਧ ਮਿਲਾ ਕੇ ਫੇਸ ਤੇ ਲਗਾਵਾਂਗੇ ਇਸ ਨਾਲ ਇੱਕ ਤਾਂ ਆਪਣੀ ਸਕਿਨ ਜੋ ਹੈ ਸੋਫਟ ਹੁੰਦੀ ਹੁੰਦੀ ਹੈ ਤੇ ਨਾਲ ਹੀ ਜੋ ਐਕਸਟਰਾ ਆਇਲ ਹੁੰਦਾ ਹੈ ਸਕਿਨ ਦਾ ਉਹ ਵੀ ਉਹ ਨਿਕਾਲਣ ਵਿੱਚ ਆਪਣੀ ਹੈਲਪ ਕਰਦਾ ਹੈ। ਸੋ ਹਫਤੇ ਵਿੱਚ 1 ਤੋਂ 2 ਵਾਰ ਆਪਾਂ ਇਸ ਨੂੰ ਪੈਕ ਦੇ ਤੌਰ ਤੇ ਲਗਾ ਕੇ ਯੂਜ ਕਰ ਸਕਦੇ ਹਾਂ ਤੇ ਪਾ ਸਕਦੇ ਹਾਂ ਗਲੋਇੰਗ ਸਕਿਨ। ਜੇ ਤੁਸੀਂ ਵੀ ਹੋ ਵੇਟ ਕੰਟਰੋਲ ਦੀ ਪ੍ਰੋਬਲਮ ਤੋਂ ਪਰੇਸ਼ਾਨ ਤਾਂ ਦਾਲਚੀਨੀ ਨੂੰ ਜੋ ਹੈ ਆਪਣੇ ਰੂਟੀਨ ਵਿੱਚ ਡੇਲੀ ਬੇਸ ਤੇ ਲੈਣਾ ਸ਼ੁਰੂ ਕਰ ਦਿਓ, ਕਿਉਂਕਿ ਦਾਲਚੀਨੀ ਹੈ ਜੋ ਇਹ ਕਰਦੀ ਹੈ ਆਪਣੇ ਵੇਟ ਨੂੰ ਕੰਟਰੋਲ ਵਿੱਚ। ਜੋ ਆਮ ਤੌਰ ਤੇ ਪ੍ਰੋਬਲਮ ਹੁੰਦੀ ਹੈ ਵਿੰਟਰਸ ਦੇ ਵਿੱਚ, ਵਿੰਟਰਸ ਦੇ ਵਿੱਚ
ਇਹ ਹਰ ਇੱਕ ਨੂੰ ਪ੍ਰੋਬਲਮ ਰਹਿੰਦੀ ਹੈ ਕਿ ਵੇਟ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੋ ਹੈ ਕੰਟਰੋਲ ਵਿੱਚ ਕੀਤਾ ਜਾਏ, ਜੋ ਹੁੰਦਾ ਨਹੀਂ ਐਕਚੁਅਲੀ ਵਿੱਚ। ਉਹ ਆਪਣੇ ਤੋਂ ਦਾਲਚੀਨੀ ਨੂੰ ਲੈ ਕੇ ਆਓ ਆਪਣੇ ਡੇਲੀ ਰੂਟੀਨ ਵਿੱਚ। ਹਾਈ ਬਲੱਡ ਪ੍ਰੈਸ਼ਰ ਦੀ ਅਗਰ ਤੁਹਾਨੂੰ ਪ੍ਰੋਬਲਮ ਹੈ ਤਾਂ ਜੋ ਕਾਜੂ ਹੈ ਤੁਹਾਡੇ ਸਿਹਤ ਲਈ ਹੁੰਦਾ ਹੈ ਬਹੁਤ ਨੁਕਸਾਨਦਾਇਕ, ਕਿਉਂਕਿ ਇਸ ਵਿੱਚ ਹੁੰਦਾ ਹੈ ਸੋਡੀਅਮ। ਸੋ ਸੋਡੀਅਮ ਜੋ ਹੈ ਆਪਣਾ ਜੋ ਹਾਈ ਬਲੱਡ ਪ੍ਰੈਸ਼ਰ ਹੈ ਉਸਨੂੰ ਬੁਲਾਉਂਦਾ ਹੈ। ਸੋ ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਤਾਂ ਤੁਸੀਂ ਕਾਜੂ ਨਹੀਂ ਖਾ ਸਕਦੇ, ਕੰਟਰੋਲ ਕਰੋ। ਅਗਰ ਤੁਸੀਂ ਖਾਣਾ ਵੀ ਹੈ ਤਾਂ ਇੱਕ ਦੋ ਕਾਜੂ ਹੈ ਜੋ ਪਾਣੀ ਵਿੱਚ ਭਿਓ ਕੇ ਤੁਸੀਂ ਰੂਟੀਨ ਵਿੱਚ ਖਾ ਸਕਦੇ ਹੋ, ਪਰ ਜ਼ਿਆਦਾ ਕਾਜੂ ਤੁਹਾਡੇ ਲਈ ਖਤਰਨਾਕ ਹੈ। ਸੋ ਹੋਰ ਵੀ ਲੈ ਕੇ ਆਵਾਂਗੀ ਐਵੇਂ ਦੀਆਂ ਹੀ ਛੋਟੀਆਂ ਛੋਟੀਆਂ ਇੰਪੋਰਟੈਂਟ ਗੱਲਾਂ ਤੁਹਾਡੇ ਹੈਲਥ ਲਈ। ਸੋ ਇਸਦਾ ਇੱਕ ਹੋਰ ਪਾਰਟ ਹੈ ਜੋ ਨੈਕਸਟ ਮੈਂ ਲੈ ਕੇ ਆਵਾਂਗੀ, ਕਿਉਂਕਿ ਸਿਹਤ ਨਾਲ ਜੁੜੀਆਂ ਗੱਲਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਅਤੇ ਆਪਾਂ ਜੋ ਆਪਣੀ ਹੈਲਥ ਦਾ ਇੰਨਾ ਧਿਆਨ ਨਹੀਂ ਰੱਖਦੇ। ਤੋ ਅਗਲੀ ਵਾਰ ਫਿਰ ਲੈ ਕੇ ਆਵਾਂਗੀ ਨੈਕਸਟ ਪਾਰਟੀਜ਼ ਦਾ। ਟਿਲ ਦੈਨ ਬਾਏ।